ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਲੱਗੇ ਹਾਂ ਗੋਲ ਗੱਪਿਆਂ ਦਾ ਚੈਲੰਜ ਕਰਨ, ਗੋਲ ਗੱਪੇ ਖਾਣ ਵਾਸਤੇ। ਅਤੇ ਅਸੀਂ ਬਾਹਰੋਂ ਲਿਆਂਦੇ ਗੋਲ ਗੱਪੇ, ਫਿਰ ਇਹ ਗੋਲ ਗੱਪੇ ਜਿਹੜੇ ਆ ਦੋ ਜਣਿਆਂ ਦਾ ਚੈਲੰਜ ਆ, ਮੇਰਾ ਅਤੇ ਦੀਪੂ ਦੇ ਡੈਡੀ ਦਾ। ਇਹ ਚੈਲੰਜ ਦੇ ਵਿੱਚ ਦੇਖਦੇ ਹਾਂ ਕਿਹੜਾ ਜਿੱਤਦਾ ਪਹਿਲਾਂ ਗੋਲ ਗੱਪੇ ਕਿਹੜਾ ਖਾਂਦਾ। ਅਤੇ ਅਸੀਂ ਆਹ ਗੋਲ ਗੱਪੇ ਨਾ ਇਹਨਾਂ ਦੇ ਵਿੱਚ ਆਲੂ ਭਰੀ ਜਾਂਦੇ ਹਾਂ ਬੈਠੇ, ਆਲੂ ਭਰ ਕੇ ਫਿਰ ਬਾਅਦ 'ਚ ਪਾਣੀ ਭਰ ਕੇ ਇਹਨਾਂ ਨੂੰ ਚੈਲੰਜ ਸ਼ੁਰੂ ਕਰਾਂਗੇ। ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ। ਅਤੇ ਦੇਖਦੇ ਹਾਂ ਅੱਗੇ ਤੋਂ ਅੱਗੋਂ ਕੀ ਕਰਦੇ ਹਾਂ ਅਸੀਂ। ਹੁਣ ਆਪਾਂ ਸਟਾਰਟ ਕਰਦੇ ਹਾਂ, 1 2 3 ਚਲੋ। ਮੈਂ ਇੱਥੇ ਨਾ ਗੋਲਗੱਪੇ ਖਾਧੇ ਨਹੀਂ ਜਾਂਦੇ, ਮੇਰੀ ਸਪੀਡ ਘੱਟ ਆ, ਇਸ ਕਰਕੇ ਮੈਨੂੰ ਨਾਲ ਪਾਣੀ ਚਾਹੀਦਾ, ਮੈਨੂੰ ਹਿੜਕੀ ਵੀ ਲੱਗ ਜਾਂਦੀ ਹੈ। ਹੁਣ ਇਹ ਕਰਮ ਸਿੰਘ ਜੀ ਜਿਹੜੇ ਚੁੱਕੇ ਆ ਗੋਲਗੱਪਿਆਂ ਨੂੰ, ਡੈਡੀ ਤੇਰੇ ਵੀ ਖਾ ਗਿਆ, ਹੁਣ ਇਹ ਮੇਰੇ ਗੋਲਗੱਪੇ ਵੀ ਖਾ ਲੈਣਗੇ, ਮੈਂ ਤਾਂ ਹਾਰ ਗਈ ਇਹ ਜਿੱਤ ਗਏ। ਚਲੋ ਬਾਈ ਹੋ ਗਿਆ ਕੰਪੀਟੀਸ਼ਨ ਪੂਰਾ, ਕੰਪੀਟੀਸ਼ਨ ਪੂਰਾ ਸਾਡਾ। ਮੈਂ ਤਾਂ ਨਾਲ ਦੀ ਨਾਲ ਪਾਣੀ ਭਰਦੀ ਹਾਂ। ਕਿਵੇਂ ਲੱਗੇ ਗੋਲਗੱਪੇ? ਬਹੁਤ ਵਧੀਆ ਸੀ, ਕੰਪੀਟੀਸ਼ਨ ਜਿੱਤ ਕੇ ਕਿਵੇਂ ਲੱਗਿਆ? ਮੈਨੂੰ ਬਹੁਤ ਵਧੀਆ ਲੱਗਿਆ, ਬਹੁਤ ਵਧੀਆ। ਖਾਣ ਪੀਣ ਦੇ ਮਾਮਲੇ ਚ ਪਿੱਛੇ ਨੀ, ਕੰਮ ਚ ਭਾਵੇਂ ਪਿੱਛੇ ਰਹਿ ਜਾਈਏ। ਸਹੀ ਗੱਲ ਆ, ਮੈਂ ਨਹੀਂ ਖਾ ਸਕਦੀ ਇੰਨੇ ਛੇ ਗੋਲਗੱਪੇ, ਨਹੀਂ ਖਾ ਸਕਦੀ, ਮੈਨੂੰ ਉਹਦੀ ਹੈਡਕੀ ਲੱਗ ਜਾਂਦੀ ਹੈ। ਹਾਂ ਗੋਲਗੱਪੇ ਖਾ ਕੇ ਇਹ ਕਰਮ ਸਿੰਘ ਜੀ ਜਿੱਤ ਗਏ। ਹੋਰ ਸਾਡੀ ਵੀਡੀਓ ਕਿਵੇਂ ਲੱਗੀ? ਵੀਡੀਓ ਨੂੰ ਕਰੋ ਸ਼ੇਅਰ, ਤੇ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਤੇ ਲਾਈਕ। ਹਾਂ ਕਿਸੇ ਨੇ ਗੋਲਗੱਪੇ ਸਾਨੂੰ ਖਵਾਉਣੇ ਹੋਣ ਤਾਂ ਸਾਨੂੰ ਬੁਲਾ ਲਿਆ ਕਰੋ, ਕੋਈ ਨਹੀਂ ਆ ਜਾ ਕਰਾਂਗੇ ਗੋਲਗੱਪਿਆਂ।